ਮੇਰਾ ਨਾਮ ਹੈ ਜੀ ਰਛਪਾਲ ਸਿੰਘ ਸੰਧੂ, ਪਿੰਡ ਆਲੀ ਕਲਾਂ ਜੀ। ਅਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ 10 ਮਹੀਨੇ ਹੋ ਗਏ ਆ ਸਾਡੇ ਜਿਹੜਾ ਅਸੀਂ ਇੱਥੇ ਹੜ੍ਹ ਆਇਆ ਸੀ ਪਹਿਲਾਂ, ਅਤੇ ਉਹ ਹੜ੍ਹ ਦਾ ਪਾਣੀ ਜਿਹੜਾ ਅਜੇ ਵੀ ਕੁਝ ਜਗ੍ਹਾ 'ਤੇ ਮੌਜੂਦ ਆ, ਅਤੇ ਉਹਦੇ ਨਾਲ ਹੜ੍ਹ ਆਉਣ ਦੇ ਨਾਲ ਜਿਹੜਾ ਜ਼ਮੀਨਾਂ ਵਿੱਚ 5-5 ਫੁੱਟ ਜਿਹੜਾ ਰੇਤ ਭਰ ਗਈ ਸੀ, ਉਹਦੇ ਨਾਲ ਜਿਹੜੀਆਂ ਵਾ ਜ਼ਮੀਨਾਂ ਉਹ ਬੰਜਰ ਹੋ ਗਈਆਂ, ਫਸਲਾਂ ਜਿਹੜੀਆਂ ਵਾ 10 ਮਹੀਨਿਆਂ ਤੋਂ ਹਜੇ ਤੱਕ ਨਹੀਂ ਬੀਜੀਆਂ ਗਈਆਂ। ਅਤੇ ਅਸੀਂ ਜਿੱਦਾਂ ਖਾਲਸਾ ਐਡ ਹੋ ਗਈ ਜਾਂ ਹੋਰ ਸੰਸਥਾ ਹੋ ਗਈਆਂ, ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕੁਛ ਜ਼ਿਮੀਂਦਾਰਾਂ ਵੱਲੋਂ ਤਾਂ ਜ਼ਮੀਨਾਂ ਪੱਧਰੀਆਂ ਕਰ ਲਈਆਂ ਗਈਆਂ ਵਾ, ਪਰ ਫਿਰ ਵੀ ਕੋਈ 150 ਕਿੱਲੇ ਦੇ ਕਰੀਬ 20-25 ਪਰਿਵਾਰ ਆ ਜਿਹੜੇ ਵਿਚਾਰੇ ਮਾਤੜ ਪਰਿਵਾਰ ਆ, ਜਿਨ੍ਹਾਂ ਕੋਲ ਸਾਧਨ ਨਹੀਂ ਹੈਗੇ, ਖਰਚਾ ਨਹੀਂ ਹੈਗਾ, ਉਹ ਉਹਨਾਂ ਦੀ ਜ਼ਮੀਨਾਂ ਜਿਹੜੀਆਂ ਹਜੇ ਵੀ ਬੰਜਰ ਪਈਆਂ ਵਾ, ਅਤੇ ਉਹਨਾਂ ਦੀ ਮਦਦ ਕੀਤੀ ਜਾਵੇ, ਆਣ ਕੇ ਉਹਨਾਂ ਵਾਸਤੇ ਸਾਧਨ ਮੁਹੱਈਆ ਕੀਤੇ ਜਾਣ, ਜਾਂ ਉਹਨਾਂ ਵਾਸਤੇ ਡੀਜ਼ਲ ਜਾਂ ਹੋਰ ਕੋਈ ਲੋੜ ਵਾ ਉਹ ਕਰਕੇ, ਅਤੇ ਉਹਨਾਂ ਦਾ ਮੁੜ ਸੇਵਾ ਕੀਤਾ ਜਾਵੇ, ਉਹਨਾਂ ਦੀਆਂ ਫਸਲਾਂ ਦੀ ਬਿਜਾਈ ਹੋ ਸਕੇ। ਨਹੀਂ ਤਾਂ ਤੁਸੀਂ ਆਪ ਵੀ ਦੇਖ ਲਓ ਕਿ ਮਤਲਬ ਜੁਲਾਈ 'ਚ ਬੰਨ ਟੁੱਟਾ ਸੀ, ਅਤੇ ਹਜੇ ਤੱਕ ਉਹ ਜਿਹੜਾ ਵਾ ਰੇਤਾ ਉਹਨਾਂ ਦੇ ਖਾਤਿਆਂ 'ਚ ਭਰੀ ਪਈ ਆ, ਕੋਈ ਫਸਲ ਨਹੀਂ ਬੀਜ ਸਕੇ। ਉਹ ਵਿਚਾਰੇ ਬਹੁਤ ਮਾਤੜ ਵਾ, ਪਹਿਲਾਂ ਹੀ ਕਰਜ਼ਾਈ ਆ, ਅਤੇ ਹੁਣ ਉਹ ਜਿਹੜਾ ਉਹ ਜ਼ਮੀਨਾਂ ਨੂੰ ਪੱਧਰੀਆਂ ਨਹੀਂ ਕਰ ਸਕਦੇ, ਅਤੇ ਉਹਦੇ ਵਾਸਤੇ ਖਰਚਾ ਬਹੁਤ ਚਾਹੀਦਾ ਵਾ, ਕੋਈ 40,000 ਪਰ ਏਕਰ ਜਿਹੜਾ ਖਰਚਾ ਆਉਂਦਾ ਵਾ, ਕਿਉਂਕਿ ਰੇਤ ਨੂੰ ਵਿੱਚੋਂ ਕੱਢਣਾ ਪੈਂਦਾ ਵਾ ਜਾਂ ਉਹਦੀ ਪਲਟੀ ਕਰਨੀ ਪੈਂਦੀ ਆ ਮਸ਼ੀਨਾਂ ਲਾ ਕੇ, ਤੋ ਕਰਕੇ ਅਤੇ ਇਹਨਾਂ ਦੇ ਜਿਹੜੀਆਂ ਫਸਲਾਂ ਵਾ ਫਿਰ ਹੀ ਬੀਜੀਆਂ ਜਾ ਸਕਦੀਆਂ ਵਾ। ਅਤੇ ਅਸੀਂ ਇਹੀ ਕਹਿੰਦੇ ਹਾਂ ਕਿ ਕੋਈ ਨਾ ਕੋਈ ਸੰਸਥਾ ਜਾਂ ਕੋਈ ਵੀ ਆਣ ਕੇ ਇਹਨਾਂ ਦੀ ਮਦਦ ਕਰੇ, ਕਿਉਂਕਿ ਸਰਕਾਰ ਵੱਲੋਂ ਤਾਂ ਕੋਈ ਸਾਨੂੰ ਆਸ ਨਹੀਂ ਰਹਿ ਗਈ। ਉਹ ਤਾਂ ਪਹਿਲਾਂ ਸਰਕਾਰਾਂ ਜਿਹੜੀਆਂ ਖਰਾਬੇ ਦਿੰਦੀਆਂ ਸੀ, ਉਹ ਇਸ ਵਾਰ ਤਾਂ ਖਰਾਬਾ ਵੀ ਨਹੀਂ ਮਿਲਿਆ, ਕਿਉਂਕਿ ਉਹਨਾਂ ਨੇ ਇੱਕ 5 ਏਕੜ ਮਾਲਕੀ ਜਿਹੜਾ ਵਾ ਉਹ ਸੀਮਿਤ ਕਰ ਦਿੱਤਾ ਵਾ, ਉਹ ਵੀ ਮਤਲਬ 5 ਏਕੜ ਤੋਂ ਵੱਧ ਕਿਸੇ ਨੂੰ ਜਿਹੜਾ ਵਾ ਖਰਾਬਾ ਨਹੀਂ, ਮੁਆਵਜ਼ਾ ਨਹੀਂ ਮਿਲਦਾ। ਅਤੇ ਜਿਹੜਾ ਗਰਦੌਰੀ ਵਾਲੀ ਜ਼ਮੀਨ ਜਾਂ ਕੋਈ ਠੇਕੇ ਵਾਲੀ ਜ਼ਮੀਨ ਆ, ਉਹ 'ਤੇ ਤਾਂ ਮਤਲਬ ਜਿਹੜਾ ਮੁਆਵਜ਼ਾ ਵਾ ਉਹ ਬਿਲਕੁਲ ਵੀ ਨਹੀਂ ਮਿਲ ਰਿਹਾ। ਅਤੇ ਇਸ ਲਈ ਜਿਹੜੀਆਂ ਜ਼ਮੀਨਾਂ ਵਾ ਉਹ ਜ਼ਿਆਦਾਤਰ ਜਿਹੜੀਆਂ ਗਰਦੌਰੀ ਵਾਲੀਆਂ ਹੁੰਦੀਆਂ ਜਾਂ ਠੇਕੇ ਵਾਲੀਆਂ ਹੁੰਦੀਆਂ ਛੋਟੇ ਕਿਸਾਨਾਂ ਕੋਲ, ਅਤੇ ਉਹ ਜਿਹੜਾ ਉਹਨਾਂ ਨੂੰ ਮੁਆਵਜ਼ਾ ਜਿਹੜਾ ਵਾ ਨਹੀਂ ਮਿਲ ਸਕਿਆ। ਅਤੇ ਅਸੀਂ ਸਰਕਾਰ ਨੂੰ ਵੀ ਕਹਿੰਦੇ ਹਾਂ ਕਿ ਸਾਨੂੰ ਜਿਹੜਾ ਰੇਤਾ ਚੁੱਕਣ ਦੀ ਪਰਮਿਸ਼ਨ ਦਿੱਤੀ ਜਾਵੇ, ਜਾਂ ਫਿਰ ਜਿਹੜਾ ਮੁਆਵਜ਼ਾ ਵਾ ਉਹ ਛੋਟੇ ਜ਼ਿਮੀਂਦਾਰਾਂ ਨੂੰ ਵੀ ਜਿਹੜਾ ਗਰਦੌਰੀ ਵਾਲੀਆਂ ਪੈਲੀਆਂ 'ਤੇ ਮੁਆਵਜ਼ਾ ਠੇਕੇ ਵਾਲੀਆਂ ਪੈਲੀਆਂ 'ਤੇ ਮੁਆਵਜ਼ਾ ਦਿੱਤਾ ਜਾਵੇ, ਉਹ ਖਰਚੇ ਦੇ ਨਾਲ ਚਲੋ ਆਪਣੀਆਂ ਜ਼ਮੀਨਾਂ ਪੱਧਰੀਆਂ ਕਰ ਲੈਣ, ਬਾਕੀ ਬਾਰਿਸ਼ਾਂ ਦਾ ਟਾਈਮ ਫਿਰ ਆਉਣ ਵਾਲਾ, ਉਹ ਦਰਿਆਵਾਂ ਵੱਲ ਧਿਆਨ ਦੇਣ ਕਿ ਉਹ ਜਿਹੜਾ ਦੁਬਾਰਾ ਹੜ੍ਹ ਜਿਹੜੇ ਨਾ ਆ ਸਕਣ। ਅਤੇ ਪਹਿਲਾਂ ਜਿਹੜਾ ਵਾ ਉਹ ਤਾਂ ਪਹਿਲਾਂ ਨਹੀਂ ਨਜਿੱਠਿਆ ਗਿਆ ਹਜੇ, ਅਤੇ ਅਸੀਂ ਇਹੀ ਕਰਦੇ ਹਾਂ ਕਿ ਮਤਲਬ ਸਾਡੀ ਆਣ ਕੇ ਸਹਾਇਤਾ ਕੀਤੀ ਜਾਵੇ। ਮੇਰਾ ਨਾਮ ਜੀ ਬੋਹੜ ਸਿੰਘ ਆ, ਅਤੇ ਜ਼ਮੀਨ ਸਾਡੀ 10 ਕਿੱਲੇ ਆ, 5 ਕਿੱਲੇ 5 ਕਿੱਲੇ ਮੇਰੀ ਆ, 5 ਕਿੱਲੇ ਮੇਰੇ ਚਾਚਾ ਦੀ, ਅਤੇ ਉਹ ਟੋਆ ਪਿਆ ਵਾ ਵਿੱਚ, ਅਤੇ ਕੋਈ ਰੇਤਾ ਵਾ, ਨਾ ਫਸਲ ਨਾ ਝੋਨਾ ਅਤੇ ਨਾ ਕਣਕ ਵੀਰ, ਆਹ ਵੇਖ ਲਓ ਅਸੀਂ ਪੱਧਰੀ ਕਰਨ ਦੇ ਹਾਂ। ਹੁਣ ਹਾਲਾਤ ਤਾਂ ਮਾੜੇ ਹੀ ਆ ਵੀਰ, ਉਹ ਘਰ ਹੈ ਉੱਥੇ ਘਰ ਵੀ ਵੇਖ ਲਓ ਘਰ ਘੁੱਟ ਅੱਟ ਗਿਆ ਹੈ। ਹੋਰ ਕਿੰਨੇ ਕੁ ਜ਼ਿਮੀਂਦਾਰ ਜਿਹੜੇ ਜ਼ਿਮੀਂਦਾਰ ਹੈਗੇ ਵੀ 25-30 ਘਰ ਹੈਗੇ ਆ ਜਿਹੜੇ ਇੱਥੇ ਪਾਣੀ ਦੇ ਵਿੱਚ ਆ ਪੈਰੀ ਕਿਨਾਰੇ। ਜਵਾਬਦਾਰ ਕਿਉਂ ਨਹੀਂ ਮਿਲ ਸਕਿਆ, ਕੀ ਗੱਲ ਮਾਲਕੀ ਨਹੀਂ ਹੈ ਕਿ ਗਰਦੌਰੀ ਕੀ ਹੈ? ਇਹ ਗਰਦੌਰੀ ਵਾਲੀਆਂ ਵੀਰ ਮਾਜਵਾ ਉਸ ਤਰ੍ਹਾਂ ਹੋਈ, ਅੱਗੇ ਮਿਲਦਾ ਰਿਹਾ, ਸਾਰੀ ਸਰਕਾਰਾਂ ਦਿੰਦੀਆਂ ਰਹੀਆਂ ਵਾ, ਐਂ ਕਿ ਇਹਨਾਂ ਨਹੀਂ ਦਿੱਤਾ, ਅੱਗੇ ਸਾਰੀਆਂ ਸਰਕਾਰਾਂ ਮੁਆਵਜ਼ਾ ਦਿੰਦੀਆਂ ਰਹੀਆਂ। ਰੇਤਾ ਵੀ ਨਹੀਂ ਚੁੱਕਣ ਦਿੱਤੀ ਜਾਂਦੀ, ਨਾ ਪਿੰਡ ਹੀ ਪਾਉਣ ਦਿੱਤੀ ਜਾਂਦੀ ਵੀ ਇੱਥੋਂ ਆਪਦੀ ਪੈਲੀ ਫੜ ਕੇ ਹੋਰ ਕਿਸੇ ਦੇ ਪਿੰਡ 'ਚ ਪਾਈਪ ਪੈ ਜੇ, ਉਹਨੂੰ ਵੀ ਨਹੀਂ ਚੁੱਕਣ ਦਿੰਦੇ ਮਨਜ਼ੂਰੀ ਤੋਂ ਬਿਨਾਂ। ਹੁਣ ਮੰਗ ਕੀ ਕਰਨਾ ਚਾਹੁੰਦਾ? ਮੰਗ ਇਹੋ ਹੀ ਆ ਵੀਰ ਭਾਈ, ਜਾਂ ਕੋਈ ਸੰਸਥਾ ਆਵੇ ਤੇ ਸਾਡੀ ਪੈਲੀ ਪੂਰੀ ਬਣਾਈ ਜਾਵੇ, ਜਾਂ ਸਰਕਾਰ ਥੋੜ੍ਹੀ ਬਹੁਤੀ ਹੈਲਪ ਕਰੇ ਤੇ ਸਾਡੀ ਪੈਲੀਆਂ ਪੱਧਰੀਆਂ ਕੀਤੀਆਂ ਜਾਣ। ਮੈਂ ਰਾਜ ਸਿੰਘ ਆਲੀ ਕਲਾਂ, ਆਪਣਾ ਰਕਬਾ ਤਕਰੀਬਨ 6 ਕਿੱਲੇ ਦੇ ਕਰੀਬ ਹੈ, ਅਤੇ ਜਿਹਦੇ ਵਿੱਚ ਆਹ ਤੁਸੀਂ
ਆਪਾਂ ਇਸ ਜਗ੍ਹਾ 'ਤੇ ਖੜ੍ਹੇ ਹਾਂ, ਆਹ ਨਾਲ ਜਿੱਥੇ ਰੇਤਾ ਵਾ ਘੱਟੋ ਘੱਟ 6 ਤੋਂ 7 ਫੁੱਟ ਰੇਤਾ ਵਾ, ਉਹ ਕੁਝ ਪੈ ਲਈ ਆ, ਕੁਝ ਆਹ ਦਰਿਆ ਪੈ ਗਿਆ, ਇਹ ਵੀ ਤਕਰੀਬਨ ਸਾਡੀਆਂ ਸਾਰੀਆਂ ਜਿੰਨੇ ਵੀ ਆ ਗਰੀਬ ਤਬਕੇ ਨਾਲ ਹੀ ਸੰਬੰਧਿਤ ਆ ਸਾਰਿਆਂ ਦੀਆਂ ਪੈਲੀਆਂ ਇਹ ਪਈਆਂ ਵਾ, ਅਤੇ ਅੱਜ ਤੱਕ ਜਿੰਨਾ ਵੀ ਖਰਚਾ ਹੋ ਚੁੱਕਾ ਉਹ ਸਾਡਾ ਵਿਅਰਥ ਗਿਆ, ਵੀ ਨਾ ਤਾਂ ਸਾਡੀ ਪੈਲੀ ਬਣੀ ਆ, ਨਾ ਸਾਨੂੰ ਕਿਸੇ ਸਰਕਾਰ 'ਤੇ ਆਸ ਰਹਿ ਗਈ ਵੀ ਅੱਗੇ ਜੇ ਮਾੜਾ ਮੋਟ ਹੁੰਦਾ ਸੀ ਸਾਡੀ ਫਸਲ ਮਰਦੀ ਸੀ, ਦਰਿਆ ਮਾਰ ਕਰ ਜਾਂਦਾ ਸੀ ਅਤੇ ਸਾਨੂੰ ਕੁਛ ਨਾ ਕੁਛ ਮੁਆਵਜ਼ਾ ਮਿਲ ਜਾਂਦਾ ਸੀ, ਚਲੋ ਫਸਲ ਦਾ ਖਰਚਾ ਕੁਛ ਨਾ ਕੁਛ ਵਾਪਸ ਆ ਜਾਂਦਾ ਸੀ। ਫਿਰ ਅੱਜ ਕੀ ਹੋਇਆ ਵੀ ਦਰਿਆ ਦੇ ਟੁੱਟਣ ਕਾਰਨ ਇਹ ਜਿਹੜੀਆਂ ਪੈਲੀਆਂ ਵਾ ਸਾਡੀਆਂ ਉਹਦੇ ਵਿੱਚ ਰੇਤਾ ਭਰ ਗਈ, ਪੈਲੀ ਖਰਾਬ ਹੋ ਗਈ, ਅਤੇ ਖਰਾਬ ਹੋਣ ਦੇ ਕਰਕੇ ਵੀ ਜਿੰਨੇ ਵੀ ਅਸੀਂ ਬੰਦੇ ਹਾਂ ਤਕਰੀਬਨ 25 ਤੋਂ 30 ਪਰਿਵਾਰ ਜਿਸ ਤਰ੍ਹਾਂ ਮੇਰੇ ਵੀਰ ਜੀ ਦੱਸ ਰਹੇ ਆ, ਉਸ ਤੋਂ ਵੀ ਵੱਧ ਹੋ ਸਕਦੇ ਆ, ਅਤੇ ਪੈਲੀ ਤਕਰੀਬਨ 250 ਦੇ ਏਕੜ ਦੇ ਕਰੀਬ ਪੈਲੀ ਪਈ ਆ, ਜਿਹਦੇ ਵਿੱਚ ਆਹ ਘੱਟੋ ਘੱਟ ਹੁਣ ਮੈਂ ਆਪ ਖੁਦ ਨੰਘ ਵੇਚ ਰਹੀ ਹਾਂ, ਅਤੇ 6 ਫੁੱਟ 7 ਫੁੱਟ ਪਾਣੀ ਆ ਜਿਹਦੇ ਵਿੱਚ ਫਸਲ ਹੁੰਦੀ ਸੀ ਬਿਲਕੁਲ, ਅਤੇ ਇਹਦੇ ਵਿੱਚ ਜੇ ਹੁਣ ਆਪਾਂ ਮਿੱਟੀ ਪਾਈਏ ਖਰਚਾ ਕਿੱਧਰ ਕਿੱਥੋਂ ਆਉਣਾ, ਕਿੰਨੇ ਲਿਆਉਣਾ, ਫਿਰ ਸਰਕਾਰ ਸਾਡੀ ਕੋਈ ਬਾਂਹ ਨਹੀਂ ਫੜੀ। ਅਸੀਂ ਇਹੋ ਬੇਨਤੀ ਕਰਦੇ ਹਾਂ ਵਾਰ ਵਾਰ ਸਰਕਾਰ ਨੂੰ ਵੀ ਕਰਦੇ ਹਾਂ, ਪਰ ਸਰਕਾਰਾਂ 'ਤੇ ਤਾਂ ਸਾਨੂੰ ਬਹੁਤਾ ਇੱਡਾ ਵਿਸ਼ਵਾਸ ਨਹੀਂ ਰਹਿ ਗਿਆ, ਕਿਉਂਕਿ ਜੇ ਸਰਕਾਰਾਂ ਨੇ ਸਾਡਾ ਸਾਥ ਦੇਣਾ ਹੁੰਦਾ ਤਾਂ ਸ਼ੁਰੂ 'ਤੇ ਦੇ ਦਿੰਦੇ, ਅੱਜ ਤੋਂ 10-12 ਮਹੀਨਿਆਂ ਦੇ ਕਰੀਬ ਹੋਣ ਚੁੱਕਾ ਸਾਲ ਜਾ ਰਿਹਾ, ਕਿਉਂ ਜਿੰਨਾ ਚਿਰ ਅਜੇ ਅਸੀਂ ਮੁੜ ਵਸੇਬੇ 'ਚ ਨਹੀਂ ਆਉਂਦੇ ਉਨਾ ਚਿਰ ਸਾਡੇ ਵਾਸਤੇ ਹਾੜ ਹੀ ਹਾੜ ਆ। ਆਉਣ ਵਾਲੇ ਸਮੇਂ ਦੇ ਵਿੱਚ ਜੋ ਆ ਜਾਣਾ ਵਾ ਜੁਲਾਈ ਅਗਸਤ ਦਾ ਮਹੀਨਾ, ਉਦੋਂ ਵੀ ਤਕਰੀਬਨ ਇਹੋ ਹੀ ਮਾਰ ਪੈਣੀ ਸ਼ੁਰੂ ਹੋ ਜਾਂਦੀ। ਅਸੀਂ ਇਹੋ ਬੇਨਤੀ ਕਰਦੇ ਹਾਂ ਜਿੰਨੀਆਂ ਵੀ ਸੰਸਥਾਵਾਂ ਸਾਨੂੰ ਵੱਧ ਤੋਂ ਵੱਧ ਆ ਕੇ ਇਹ ਗਰਾਊਂਡ ਜ਼ੀਰੋ 'ਤੇ ਆ ਕੇ ਸਾਡਾ ਸਾ ਵੇਖ ਕੇ ਸਾਥ ਦਿੱਤਾ ਜਾਵੇ, ਸਾਡੇ ਨਾਲ ਟਰੈਕਟਰਾਂ ਦੀ ਜੇ ਹੈਲਪ ਟਰੈਕਟਰਾਂ ਨਾਲ ਪੈਲੀਆਂ ਪੱਧਰੀਆਂ ਕਰਕੇ ਦਿੱਤੀਆਂ ਜਾਣ, ਜਾਂ ਰੇਤਾ ਜਿੱਡੀ ਵੀ ਜਿਹੜੀ ਹੈਗੀ ਆ ਇਹਦੀ ਚੁਕਵਾਈ ਹੋਈ ਜਾਵੇ, ਜਾਂ ਕਿਤੇ ਨਾ ਕਿਤੇ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਅਸੀਂ ਆਪਦੀ ਰੇਤ ਚੁੱਕ ਕੇ ਜਿਸ ਤਰ੍ਹਾਂ ਆਹ ਨੀਵੇਂ ਥਾਵਾਂ ਇੱਥੇ ਪਾ ਕੇ ਆਪਣੀਆਂ ਪੈਲੀਆਂ ਮੁੜ ਵਸੇਬੇ ਦੇ ਵਿੱਚ ਲਿਆ ਕੇ ਕੁਝ ਨਾ ਕੁਝ ਇਹਨਾਂ ਪੈਲੀਆਂ ਤੋਂ ਅਸੀਂ ਹਾਸਲ ਕਰੀਏ ਖਰਚੇ ਸਾਡੇ ਮੁੜਨ, ਕਿਉਂਕਿ ਸਾਨੂੰ ਅੱਗੇ ਮੁਆਵਜ਼ੇ ਮਿਲਦੇ ਸੀ ਉਹ ਇਹਨਾਂ ਸਰਕਾਰਾਂ ਦੀ ਬਦੌਲਤ ਬਿਲਕੁਲ ਇਹਨਾਂ ਨੇ ਇਹ ਰਿਐਕਸ਼ਨ ਇਹ ਲੈ ਲਿਆ ਵੀ ਆਪਾਂ ਇਸ ਚੀਜ਼ ਨੂੰ ਨਹੀਂ ਦੇਣਾ, ਪਰ ਨਹੀਂ ਉਹਨਾਂ ਵਾਸਤੇ ਮਾੜੀ ਸੋਚ ਆ ਤਕਰੀਬਨ, ਆਪਾਂ ਵੱਧ ਤੋਂ ਵੱਧ ਸਰਕਾਰ ਤੱਕ ਗੱਲ ਮੀਡੀਆ ਦੇ ਰਾਹੀਂ ਪਹੁੰਚਾਈਏ ਵੀ ਇਹ ਜੋ ਗਰਾਊਂਡ ਜੀਰੋ 'ਤੇ ਜਾ ਕੇ ਵੇਖੋ ਵੀ ਅੱਜ ਵੀ ਉਹ ਹੜਾਂ ਦੀ ਮਾਰ ਹੇਠ ਪਰਿਵਾਰ ਬਹੁਤ ਆ ਰਹੇ ਨੇ, ਕਿਉਂਕਿ ਇਹ ਆਪਾਂ ਪੈਲੀਆਂ ਦਾ ਵਸੇਬਾ ਦੁਬਾਰਾ ਕਰਨ ਵਾਸਤੇ ਸਾਨੂੰ ਸੰਸਥਾ ਖਾਲਸਾ ਏਡ ਨੇ ਅੱਗੇ ਵੀ ਬਹੁਤ ਸਾਥ ਦਿੱਤਾ, ਹੁਣ ਵੀ ਸੰਸਥਾਵਾਂ ਜਿੰਨੀਆਂ ਵੱਧ ਤੋਂ ਵੱਧ ਸੰਸਥਾਵਾਂ ਸਾਡੇ ਨਾਲ ਜੁੜ ਕੇ ਇਹ ਸਾਡਾ ਵੱਧ ਤੋਂ ਵੱਧ ਬਾਂਹ ਫੜੀ ਜਾਵੇ। ਦੇਵ ਸਿੰਘ ਜੀ ਆਲੀ ਕਲਾਂ, ਕਿੰਨਾ ਰਕਬਾ ਹੈ ਤੁਹਾਡਾ? ਸਾਡਾ 5 ਕਿੱਲੇ ਹੈ। ਤੇ ਪੂਰੀ ਰੇਤ ਭਰੀ ਹੋਈ? ਪੂਰੀ ਰੇਤ ਆ ਜੀ, ਇਦਾਂ ਖੱਡੇ ਆ। ਕਾਰਨ ਕੀ ਰਹੇ ਹੁਣ ਤੱਕ? ਮਾੜੇ ਮਹਾਤਰ ਬੰਦੇ ਆ ਵੀ ਨਹੀਂ ਸਾਡੇ ਕੋਲ ਸਾਧਨ ਹੈਗੇ, ਟਰੈਕਟਰ ਨਹੀਂ, ਵੱਡੇ ਟਰੈਕਟਰਾਂ ਦਾ ਕੰਮ ਇੱਥੇ, ਛੋਟੇ ਟਰੈਕਟਰ ਕੰਮ ਨਹੀਂ ਕਰਦੇ, ਤੇ ਆੜ ਜਾਵੇ ਕਰਜ਼ੇ ਬਹੁਤ ਜ਼ਿਆਦਾ ਆ, ਉਹ ਪੈਸਾ ਨਹੀਂ ਦੇ ਦਿੰਦੇ, ਤੇਲ ਵੀ ਦੇ ਦਿੰਦੇ, ਅਸੀਂ ਤਾਂ ਇਹੋ ਮੰਗ ਕਰਦੇ ਹਾਂ ਵੀ ਕੋਈ ਹੋਣੀ ਬਾਂਹ ਫੜੇ ਅਤੇ ਸਾਡਾ ਫਿਰ ਗਾਂ ਅਸੀਂ ਕੱਲ੍ਹ ਝੋਨਾ ਲਾ ਸਕਦੇ, ਨਹੀਂ ਤਾਂ 2 ਸਾਲ ਹੀ ਹੋ ਚੜਿਆ, ਕਣਕ ਵੀ ਮਰ ਗਈ, ਝੋਨਾ ਵੀ ਮਾਰਿਆ ਗਿਆ, ਅਤੇ ਕੋਈ ਨਹੀਂ ਹਾਲ ਪੂਰਾ ਹੋਣਾ। ਮੁਆਵਜ਼ਾ ਕੋਈ ਮਿਲਿਆ ਨਾ? ਕੁਛ ਨਹੀਂ, ਕੋਈ ਇੱਥੇ ਆਇਆ ਨਹੀਂ, ਪਹੁੰਚਿਆ ਨਹੀਂ ਇੱਥੇ ਕੋਈ ਅਜੇ ਤੱਕ, ਵੀ ਕਾਰਨ ਪਹੁੰਚਿਆ ਕੋਈ ਨਹੀਂ, ਇੱਥੇ ਆਇਆ ਜੀ ਕੋਈ, ਪਿੱਛੋਂ ਵੇਖ ਜਾ ਕੇ ਬੰਨ ਤੋਂ ਮੁੜ ਜਾਂਦੇ ਆ, ਜੇ ਰੇਤਾ ਰੂਤਾ ਅਸੀਂ ਚੁੱਕਦੇ ਹਾਂ ਮਾੜੀ ਮੋਟ ਪਾਸੇ ਕਰਦੇ ਹਾਂ ਤਾਂ ਉਹ ਪੁਲਿਸ ਦੇ ਪਹਿਲੇ ਆਉਣ ਨੱਪਦੀ, ਉਹ ਪਰਚੇ ਕਰ ਦਿੰਦੀ ਆ, ਮਗਰ ਟਰੈਕਟਰ ਟਰਾਲੀ ਵੀ ਨਹੀਂ ਨਿਕਲਦਾ, ਤਾਂ ਕਾਰਨ ਇਹੋ ਹੀ ਆ। ਹੁਣ ਹੱਲ ਕੀ ਸਮਝ? ਹੱਲ ਇਹੋ ਹੀ ਆ ਸਾਨੂੰ ਵੀ ਕੋਈ ਨਾ ਕੋਈ ਪੱਧਰ ਕੀਤੀਆਂ ਜਾਣ, ਚਾਹੇ ਕੋਈ ਬਾਂਹ ਸਾਡੀ ਫੜੇ ਜਾਣ ਕੇ, ਫਿਰ ਅਸੀਂ ਕਾਮਯਾਬ ਹੋ ਸਕਦੇ, ਨਹੀਂ ਫਿਰ ਝੋਨਾ ਵੀ ਘਰ ਨਹੀਂ ਲੱਗਣਾ।